ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦੋਸਤ ਐਂਡ ਹੋਸਟ ਲਖਵਿੰਦਰ ਪੱਟੀ ਤੁਸੀਂ ਦੇਖ ਰਹੇ ਹੋ LBS ਨਿਊਜ਼। ਅੱਜ ਮਾਨ ਸਰਕਾਰ ਨੇ ਇੱਕ ਨਵਾਂ ਧਮਾਕਾ ਕੀਤਾ। ਡਾਕਟਰ ਵਿਜੇ ਸਿੰਗਲਾ ਸਿਹਤ ਮੰਤਰੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਲੋਕਾਂ ਦੀ ਆਪਾਂ ਰਾਇ ਲੈਣੇ ਲੋਕ ਕਿਸ ਨਜ਼ਰੀਏ ਨਾਲ ਦੇਖਦੇ। ਸਭ ਤੋਂ ਪਹਿਲਾਂ ਆਪਾਂ ਜੋਗਾ ਸ਼ਹਿਰ ਦੇ ਵਾਸੀਆਂ ਨਾਲ ਗੱਲਬਾਤ ਕਰਾਂਗੇ ਤੇ ਕੀ ਹਾਲ ਬਾਈ ਜੀ। ਡਾਕਟਰ ਸਿਹਤ ਮੰਤਰੀ ਵਿਜੇ ਸਿੰਗਲਾ ਇਹਨੂੰ ਬਰਖਾਸਤ ਕੀਤਾ ਗਿਆ, ਤੁਹਾਨੂੰ ਕੀ ਲੱਗਦਾ ਮਾਨ ਸਰਕਾਰ ਨੇ ਸਹੀ ਫੈਸਲਾ ਕੀਤਾ? ਨਾ ਸਹੀ ਕੀਤਾ ਫੈਸਲਾ ਵੀ ਤੁਹਾਨੂੰ ਹੱਕ ਜਾਂ ਵੀ ਬਿਲਕੁਲ ਸਹੀ ਕੀਤਾ। ਜਮਾ ਸਹੀ ਕੀਤਾ ਵੀਰੇ, ਤੁਸੀਂ ਕੀ ਕਹਿਣਾ ਚਾਹੋਗੇ? ਠੀਕ ਹੈ ਜੀ, ਇਹਨੂੰ ਕਰਿਆ ਭ੍ਰਿਸ਼ਟਾਚਾਰ ਠੀਕ ਹੈਗਾ। ਕੋਈ ਵੀ ਮੰਤਰੀ ਉਹਨਾਂ ਦਾ, ਕੋਈ ਵੀ ਮੰਤਰੀ ਆ ਜੇ ਕੱਲ ਨੂੰ ਵੀ ਉਹਨਾਂ ਦਾ ਕੋਈ ਭ੍ਰਿਸ਼ਟ ਨਿਕਲਦਾ ਜਾਂ ਕੋਈ ਵੀ ਏਦਾਂ ਪੈਸੇ ਲੈਂਦਾ ਵੀ ਉਹਨਾਂ ਦੇ 1% ਦੀ ਜਿਹੜੀ ਗੱਲਬਾਤ ਸੀਗੀ ਕਿ ਕਹਿੰਦੇ 1% ਲੈਣਾ ਸੀ ਕਮਿਸ਼ਨ, ਕਹਿੰਦੇ ਫਿਰ ਅਸੀਂ ਕੰਮ ਕਾਜ ਹੋਣ ਦੇਵਾਂਗੇ। ਕੀ ਭਗਵੰਤ ਮਾਨ ਨੇ ਸਹੀ ਕੀਤਾ ਉਹਨੂੰ ਬਰਖਾਸਤ ਕਰਕੇ? ਸਹੀ ਹੈ ਫੈਸਲਾ ਜੀ, ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਜੀ, ਜਿਹੜੇ ਮਾਨ ਸਾਹਿਬ ਨੇ ਮਾਨ ਸਰਕਾਰ ਨੇ ਜਿਹੜਾ ਵੀ ਚੰਗਾ ਕੀਤਾ ਜਾਂ ਬਹੁਤ ਵਧੀਆ ਕੀਤਾ ਤੁਹਾਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਨਹੀਂ, ਬਹੁਤ ਵਧੀਆ ਕਰਿਆ ਭਗਵੰਤ ਮਾਨ ਜੀ ਨੇ, ਕਿਉਂਕਿ ਉਹਨਾਂ ਦੀ ਸੋਚ ਇਹ ਹੈ ਵੀ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਜੇ, ਰਿਸ਼ਵਤਖੋਰੀ ਖਤਮ ਹੋ ਜੇ। ਸੋ ਵਧੀਆ ਗੱਲ ਕੀਤੀ ਹੈ। ਇਹਦੇ ਨਾਲ ਚਾਰ ਹੋਰ ਮੰਤਰੀਆਂ ਦੇ ਜਾਂ ਹੋਰ ਕਿਸੇ ਵੀ ਮਹਿਕਮੇ ਦੇ ਨਾਲ ਉਹਨਾਂ ਦੇ ਵੀ ਕੰਨ ਖੜੇ ਹੋਣਗੇ ਵੀ ਭਗਵੰਤ ਮਾਨ ਸਾਹਿਬ ਸਾਡੇ ਨਾਲ ਵੀ ਇੱਦਾਂ ਕਰ ਸਕਦੇ ਆ। ਸੋ ਬਹੁਤ ਵਧੀਆ ਹੋਇਆ, ਮੈਨੂੰ ਤਾਂ ਵਧੀਆ ਲੱਗਿਆ। ਪਰ ਜੇਕਰ ਉਹ ਸਹੀ ਨੇ, ਕਿਉਂਕਿ ਭਗਵੰਤ ਮਾਨ ਸਾਹਿਬ ਗਲਤ ਫੈਸਲਾ ਤਾਂ ਲੈ ਨਹੀਂ ਸਕਦੇ, ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਜਿੰਦਲਾ ਸਾਹਿਬ ਸਿੰਗਲਾ ਸਾਹਿਬ ਵੀ ਇੱਦਾਂ ਦੇ ਆ। ਪਰ ਜੇ ਉਹਨਾਂ ਨੇ ਕੁਛ ਕੀਤਾ ਤਾਂ ਸਮਝ ਸੋਚ ਕੇ ਕੀਤਾ ਹੋਣਾ, ਵਧੀਆ ਲੱਗਿਆ, ਇੱਦਾਂ ਦਾ ਕਰਨਾ ਚਾਹੀਦਾ ਤਾਂ ਕਿ ਹੋਰ ਬਹੁਤ ਵਧੀਆ ਜਿਹੜਾ ਕਿ ਕਹਿ ਰਿਹਾ ਵੀ ਬਹੁਤ ਵਧੀਆ ਫੈਸਲਾ ਕੀਤਾ ਗਾ ਡਾਕਟਰ ਵਿਜੇ ਸਿੰਗਲਾ ਨੂੰ ਬਰਖਾਸਤ ਕਰਕੇ, ਜਾਂ ਉਹਨਾਂ ਨੇ 1% ਮੰਗਿਆ ਕਮਿਸ਼ਨ, ਕਹਿੰਦੇ 1% ਦੋ ਵੀ ਫਿਰ ਅਸੀਂ ਤੁਹਾਡੇ ਕੰਮ ਕਾਜ ਹੋਣ ਦੇਵਾਂਗੇ। ਕਿ ਮਾਨ ਸਾਲ ਕੇ ਬਾਅਦ ਸਹੀ ਹੈ ਜਾਂ ਗਲਤ ਹੈ? ਨਹੀਂ, ਬਹੁਤ ਸੋਹਣਾ ਕੰਮ ਕਰਿਆ ਜੀ, ਹੋਣਾ ਚਾਹੀਦਾ। ਜਿਹੜਾ ਬੰਦਾ ਨਾ, ਕੋਈ ਵੀ ਹੈ ਲੀਡਰ, ਵੱਡਾ ਛੋਟਾ ਕੋਈ ਵੀ ਨਹੀਂ, ਸਿੱਖਿਆ ਮੰਤਰੀ ਹੈ, ਠੀਕ ਆ, ਚਾਹੇ ਕੋਈ ਖੇਡ ਮੰਤਰੀ ਹੈ, ਜੇ ਇੱਦਾਂ ਦੀ ਕੋਈ ਕਰਦਾ ਨਾ ਹਰਕਤ, ਉਹਦੇ ਨੇ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਨਾ। ਬਹੁਤ ਗਲਤ ਕਰਿਆ ਤੇ ਉਹਨਾਂ ਨਾਲ ਹੋਣੀ ਚਾਹੀਦੀ। ਪਰ ਦੂਜੀ ਗੱਲ ਇਹ ਹੋਈ ਨਾ, ਕਿਸਮਤ ਆ ਜਿਹੜੀ ਮਾਨਸਾ ਹਲਕੇ ਦੀ, ਮੈਨੂੰ ਲੱਗਦਾ ਵੀ ਬਾਹਲੀ ਮਾੜੀ ਹੈ ਨਾ। ਕਹਿੰਦੇ ਮਤਲਬ ਪਹਿਲਾਂ ਨਾਜਰ ਸਿੰਘ ਮਾਨਸਾ ਜੀ ਇੱਥੋਂ ਅਸਤੀਫਾ ਦੇ ਗਏ ਸੀ, ਆਪ ਹੀ ਕਹਿੰਦੇ ਵੀ ਚੱਲਦੇ ਆ ਜੀ ਇੱਥੋਂ, ਸਾਤੋਂ ਨਿਜ਼ਾਮੀ ਦਾ ਕੰਮ ਕਰ। ਹਾਂ ਹਾਂ ਬਈ, ਹਾਂ ਪਹਿਲਾਂ ਇਹ ਹੋਈ ਹੈ ਨਾ, ਹੁਣ ਇਹਨਾਂ ਨੇ ਇਹ ਕਰਤਾ। ਪਰ ਵੀ ਜਿਹੜੀ ਲੋਕਾਂ ਨੂੰ ਆਸ ਸੀ ਨਾ ਮਾਨਸਾ ਹਲਕੇ ਨੂੰ, ਤੇ ਉਹਦੇ ਮੈਨੂੰ ਲੱਗਦਾ ਨੇ ਕੋਈ ਜ਼ਿਆਦਾ ਬੜਾ ਵਧੀਆ ਕੰਮ ਹੋ ਰਿਹਾ। ਲੋਕਾਂ ਨੇ ਲੀਡਰ ਨਾ ਜਿਤਾਇਆ, ਇੰਨੀਆਂ ਵੋਟਾਂ ਪਾਈਆਂ, ਜੇ ਬਹੁਤ ਲੋਕਾਂ ਨੇ ਉਹ ਕਰਿਆ, ਪਰ ਸਹੀ ਨਹੀਂ ਗੱਲਬਾਤ ਐਡੀ ਹੈ ਨਾ। ਹੋਣਾ ਚਾਹੀਦਾ ਜਿਵੇਂ ਵਧੀਆ ਕੰਮ ਕਰਿਆ, ਬਹੁਤ ਵਧੀਆ ਕੰਮ ਕਰਿਆ ਮਾਨ ਸਾਹਿਬ ਨੇ। ਵੀ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਮੰਤਰੀ ਇੱਦਾਂ ਦੀ ਹਰਕਤ ਨਾ ਕਰ ਸਕੇ, ਹੈ ਨਾ। ਵੀ ਸਭ ਤੋਂ ਬਿਹਤਰ ਫੈਸਲਾ ਮੰਨਦੇ ਹੋ ਜਾਂ ਸਭ ਤੋਂ ਸਿਰਾ ਫੈਸਲਾ ਕਹਿ ਲਈਏ? ਨਹੀਂ, ਬਹੁਤ ਸਿਰਾ ਫੈਸਲਾ ਬਾਈ, ਬਹੁਤ ਸੋਹਣੀ ਗੱਲ ਹੈ ਜਿਹੜੀ ਗੱਲ ਉਹਨੇ ਕਹੀ ਹੈ ਨਾ, ਵੀ ਅਸੀਂ ਸਾਰਾ ਕੁਝ ਖਤਮ ਕਰਾਂਗੇ। ਉਹਨਾਂ ਨੇ ਸ਼ੁਰੂਆਤ ਕਰੀ, ਉਹਨਾਂ ਨੇ ਇਹ ਨਹੀਂ ਦੇਖਿਆ ਵੀ ਸਾਡਾ ਬੰਦਾ ਨਾ ਪੱਖਪਾਤ ਨਹੀਂ ਕੋਈ, ਉਹਨਾਂ ਨੇ ਫੈਸਲਾ ਬਹੁਤ ਵਧੀਆ ਲਿੱਤਾ। ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਡਾਕਟਰ ਵਿਜੇ ਸਿੰਗਲਾ ਬਰਖਾਸਤ ਕਰਕੇ ਮਾਨ ਸਾਹਿਬ ਸਰਕਾਰ ਨੇ ਚੰਗਾ ਕੀਤਾ ਜਾਂ ਗਲਤ ਕੀਤਾ? ਮੈਂ ਭਗਵੰਤ ਮਾਨ ਜੀ ਨੂੰ ਵਧਾਈ ਦੇ ਪਾਤਰ ਸਮਝਦਾ, ਕਿਉਂਕਿ ਉਹ ਸੱਚੇ ਸੁੱਚੇ ਬੰਦੇ ਨੇ। ਜੇ ਕੋਈ ਅੱਗੇ ਤੋਂ ਵੀ ਇਹੋ ਜਿਹਾ ਮੰਤਰੀ ਕਰੂਗਾ ਤਾਂ ਉਹਦੇ ਨਾਲ ਇਹੀ ਹੋਣਾ ਚਾਹੀਦਾ। ਸਾਰਿਆਂ ਨੂੰ ਵੱਧ ਮੈਂ ਇਹ ਕਹਿੰਦਾ ਵੀ ਸਾਡਾ ਜਿਹੜਾ ਮਾਨਸਾ ਜ਼ਿਲ੍ਹਾ ਗਾ, ਮਾਨਸਾ ਜ਼ਿਲ੍ਹਾ ਦੇ ਨਾਲ ਪਹਿਲਾਂ ਵੀ ਇਸ ਤਰ੍ਹਾਂ ਹੀ ਹੋਈ ਹੈ, ਉਹ ਆਪਦਾ ਉਹਨਾਂ ਦਾ ਕਾਰਨ ਸੀ ਕੋਈ। ਮਤਲਬ ਪਹਿਲਾਂ ਕੋਈ ਜਿਹਨੇ ਨਾਜਰ ਸਿੰਘ ਮਾਨਸਾ ਜੀ ਜਿਵੇਂ ਉੱਥੋਂ ਚੱਲ ਗਏ ਸੀਗੇ, ਹੁਣ ਆਹ ਹੁਣ ਕਾਂਡ ਹੋ ਗਿਆ, ਕਹਿੰਦੇ ਇੱਕ 1% ਕਮਿਸ਼ਨ ਤੇ ਅਸੀਂ ਕੰਮ ਕਾਜ ਕਰਵਾਵਾਂਗੇ ਹਲਕੇ ਦੇ, ਇਹੀ ਤਾਂ ਖਾਸੀਅਤ ਆ ਗਈ ਮਾਨ ਸਾਹਿਬ ਚ, ਸਾਡੇ CM ਭਗਵੰਤ ਮਾਨ ਜੀ ਚ ਇਹੀ ਖਾਸੀਅਤ ਆ, ਸੱਚ ਦੇ ਪਹਿਰੇਦਾਰ ਨੇ ਉਹ, ਠੀਕ ਆ, ਨਾ ਗਲਤ ਕੰਮ ਕਰਨ ਦੇਣ ਨਾ ਕਰਨ। ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਪਹੁੰਚ ਚੁੱਕੇ ਹਾਂ ਜੋਗਾ ਸ਼ਹਿਰ ਦੇ ਮਸ਼ਹੂਰ ਟਾਲੀ ਪਾਰਕ ਦੇ ਵਿੱਚ, ਇੱਥੇ ਬਜ਼ੁਰਗ ਬੈਠੇ ਹੈਗਾ ਵੀ, ਨੌਜਵਾਨ ਬੈਠੇ। ਡਾਕਟਰ ਵਿਜੇ ਸਿੰਗਲਾ ਜੀ ਨੇ ਜਿਹੜਾ ਅੱਜ ਕਾਰਨਾਮਾ ਕੀਤਾ 1% ਦੇ ਜਿਹੜਾ ਕੰਮਕਾਜ ਕੀਤਾ ਗਿਆ, ਕਹਿੰਦੇ ਮਾਨ ਸਰਕਾਰ ਨੂੰ ਇਹ ਫੈਸਲਾ ਵਧੀਆ ਨਹੀਂ ਲੱਗਿਆ, ਉਹਨਾਂ ਨੇ ਚੱਕ ਕੇ ਕੈਬਨਿਟ ਤੋਂ ਬਾਹਰ ਕੱਢਤਾ, ਤੇ ਤੁਸੀਂ ਇਸ ਨੂੰ ਚੰਗਾ ਸਮਝਦੇ ਹੋ? ਮਾੜਾ ਹੀ ਸਮਝਦੇ ਇਹਨੂੰ, ਇਹਨੇ ਇਹ ਕੰਮ ਨਹੀਂ ਕਰਨਾ ਸੀ, ਇਹਨੂੰ ਚੰਗੀਆਂ ਵੋਟਾਂ ਮਿਲੀਆਂ ਸੀ, ਜੋਗੇ ਪਿੰਡ ਨੇ ਇਹਨੂੰ ਬਹੁਤ ਮਾਨ ਦਿੱਤਾ ਸੀ, ਪਰ ਇਹਨੇ ਕੰਮ ਜੇ ਕੀਤਾ ਬਹੁਤ ਹੀ ਮਾੜਾ ਕੰਮ ਕੀਤਾ ਹੈ। ਬਾਕੀ ਜੀ ਪਹਿਲਾਂ ਨਾਜਰ ਸਿੰਘ ਮਾਨਸਾ ਜੀ ਇੱਥੋਂ ਵੱਧ ਗਏ ਤੇ ਦੂਜਾ ਇਹਨਾਂ ਨੇ ਇਹ ਕਾਂਡ ਕਰਤਾ? ਹਾਂ, ਪਹਿਲਾਂ ਨਾਜਰ ਸਿੰਘ ਮਾਨਸਾ ਜੀ ਨੇ ਨੂੰ ਵੋਟਾਂ ਬਹੁਤ ਮਿਲੀਆਂ ਸੀ, 25,000 ਤੋਂ ਵੱਧ ਵੋਟਾਂ ਜੋਗੇ ਪਿੰਡ ਚੋਂ ਮਿਲੀਆਂ ਸੀ, ਉਹ ਜਾ ਕੇ ਕਾਂਗਰਸ ਮਿਲ ਗਿਆ, ਉਹਨੇ ਵੀ ਇਹ ਬਹੁਤ ਮਾੜਾ ਕੰਮ ਕੀਤਾ, ਇਹ ਸੀਟ ਤੇ ਇਹਨੂੰ ਸਿੰਗਲਾ ਸਾਹਿਬ ਨੂੰ ਬਹੁਤ ਜ਼ਿਆਦਾ ਵੋਟਾਂ ਮਿਲੀਆਂ, ਬਹੁਤ ਜ਼ਿਆਦਾ ਸਪੋਰਟ ਮਿਲਿਆ ਜੋਗੇ ਪਿੰਡ ਚੋਂ, ਪਰ ਇਹਨੇ ਵਧੀਆ ਕੰਮ ਨਹੀਂ ਕੀਤਾ, ਕੋਈ ਕੰਮ ਨਹੀਂ ਕੀਤਾ, ਜੋਗੇ ਪਿੰਡ ਹਸਪਤਾਲ ਦਾ ਵੀ ਕੋਈ ਕੰਮ ਨਹੀਂ ਕੀਤਾ, ਜੋ ਕਿ ਇਹਨੂੰ ਕਈ ਵਾਰ ਕਿਹਾ ਵੀ ਗਿਆ ਕਿ ਇਹਨੂੰ
ਹਸਪੀਟਲ ਨੂੰ ਅਪਗ੍ਰੇਡ ਕਰੋ। ਜੋਗਾ ਜੋਗ ਜਗਜੀਤ ਸਿੰਘ ਜੋਗਾ ਦੇ ਟਾਈਮ ਇੱਥੇ ਐਕਸਰੇ ਵੀ ਹੁੰਦੇ ਸੀ, ਸਾਰਾ ਕੁਝ ਹੁੰਦਾ ਸੀ, ਇਹਦੀ ਨੌਲੇਜ ਚ ਲਿਆਂਦਾ ਗਿਆ, ਪਰ ਇਹਨੇ ਕੰਮ ਨਹੀਂ ਕੀਤਾ। ਇਹ ਵਧੀਆ ਕੰਮ ਕਰਤਾ ਜਿਹੜਾ ਉਹ ਮੰਤਰੀ ਤੋਂ ਲੈ ਗਿਆ। ਇਹ ਭਾਵੇਂ ਸਰਕਾਰ ਦੀ ਨਰੇਕੀ ਸਮਝੀ ਜਿਹੜੀ ਆਪਣੇ ਕੰਮ ਕਾਜ ਰੁਕਿਆ ਜਾਂ ਦੋ ਮਹੀਨਿਆਂ ਚ ਹੋਏ ਨਹੀਂ ਹੈਗੇ, ਜਾਂ ਫਿਰ ਇਹਨਾਂ ਦੇ ਮੰਤਰੀਆਂ ਦੇ ਵਿੱਚ ਕੋਈ ਕਮੀ ਹੈਗੀ? ਇਹ ਮੰਤਰੀਆਂ ਵਿੱਚ ਵੀ ਕਮੀ ਹੈ, ਹਜੇ ਕੰਮ ਸਰਕਾਰ ਨੇ ਕੁਛ ਕਰੇ ਨਹੀਂ ਕੁਛ। ਇਹ ਚ ਇਹ ਵੀ ਹੈ ਕਿ ਪਿਛਲੀ ਸਰਕਾਰਾਂ ਨੇ ਜੋ ਗੰਢਾਂ ਵੱਜੀਆਂ ਹੋਈਆਂ ਸੀ ਰਿਸ਼ਵਤ ਦੀਆਂ ਜਾਂ ਹੋਰ ਸਾਰੇ ਕਾਜ ਦੀਆਂ, ਉਹ ਪਿੱਛੇ ਸਰਕਾਰਾਂ ਨੇ ਬਿਲਕੁਲ ਕੰਗਾਲ ਕਰ ਰੱਖਿਆ ਪੰਜਾਬ ਨੂੰ। ਇਹ ਪਾਰਟੀ ਨੂੰ ਇਸ ਲਈ ਲੈ ਕੇ ਆਏ ਸੀ ਕਿ ਪਾਰਟੀ ਕੁਛ ਚੰਗਾ ਕੰਮ ਕਰੂਗੀ, ਸਿੱਖਿਆ ਵਿਭਾਗ ਚ, ਸਵਸਥ ਵਿਭਾਗ ਚ ਵੀ, ਸਵਾਸਥ ਵਿਭਾਗ ਚ ਕਰੂ ਚੰਗਾ ਕੰਮ ਕਰੂਗੀ, ਪਰ ਇਹਨੇ ਕੋਈ ਕੰਮ ਨਹੀਂ ਕੀਤਾ। ਇਹ ਭ੍ਰਿਸ਼ਟਾਚਾਰ ਦੁਬਾਰੇ ਫੈਲਾਉਣ ਵਿੱਚ ਕਿਹਾ ਗਿਆ। ਬਾਕੀ ਮਾਨ ਸਰਕਾਰ ਦਾ ਤੁਹਾਨੂੰ ਫੈਸਲਾ ਕਿੱਦਾਂ ਲੱਗ ਰਿਹਾ ਜੀ, ਵੀ ਕੀ ਇਹਨਾਂ ਨੇ ਵਧੀਆ ਕੀਤਾ ਜਾਂ ਬਹੁਤ ਸਹੀ ਕੀਤਾ? ਨਹੀਂ, ਫੈਸਲਾ ਬਹੁਤ ਸਹੀ ਹੈ ਵੀਰੇ, ਹਾਂ ਬਹੁਤ ਸਹੀ ਹੈ। ਭ੍ਰਿਸ਼ਟਾਚਾਰ ਹੈਗਾ ਸੀ, ਉਹ ਤਾਂ ਕਰਨੀ ਸੀਗਾ। ਅੱਜ ਬਰਖਾਸਤ ਕੀਤਾ ਗਿਆ, ਮਾਨ ਸਰਕਾਰ ਦਾ ਕਿਹੋ ਜਿਹਾ ਫੈਸਲਾ ਲੱਗ ਰਿਹਾ ਤੁਹਾਨੂੰ? ਉਹ ਜਿਹਾ ਜਿਹਾ ਕਰ ਰਿਹਾ ਸੀ ਉਹ ਜਿਹਾ ਭੁਲੂਗਾ, ਜੇ ਕੋਈ ਚੰਗਾ ਕਰਦਾ ਤਾਂ ਉਹ ਕਰਦਾ, ਲੋਕਾਂ ਨੇ ਉਹਨੂੰ ਚੰਗਾ ਬਣਾ ਕੇ ਮੌਤ ਭਰ ਰੱਖਿਆ ਸੀ, ਪਰ ਉਹ ਤੋਂ ਚੰਗਾ ਨਾ ਹੋਇਆ ਤਾਂ ਆਪਦੀ ਕਿਸਮਤ ਲੱਗਿਆ ਤਾਂ ਘਰੇ ਮਰਦਾ ਹੋਗਾ ਵਿਚਾਰਾ। ਸਿੱਧੂ ਮੂਸੇ ਵਾਲੇ ਨੇ ਗੀਤ ਕੱਢਿਆ ਸੀਗਾ ਗਰਦਾਰ ਦੱਸੋ ਕੌਣ, ਅੱਜ ਸਿੱਧੂ ਮੂਸੇ ਵਾਲਾ ਵੀ ਸਵਾਲ ਪੁੱਛ ਰਹੇ ਨੇ ਵੀ ਗਰਦਾਰ ਦੱਸੋ ਕੌਣ ਹੈ? ਹੁਣ ਤਾਂ ਗਰਦਾਰ ਹੀ ਹੈ। ਸਿੰਗਲਾ ਸਾਹਿਬ ਬਾਰੇ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਉਹਨਾਂ ਨੂੰ? ਅਸੀਂ ਤਾਂ ਭਰਾਵਾ ਮਖਾਂ ਜੋੜ ਲਾ ਕੇ ਜਿੱਤੇ ਆਇਆ ਸੀ। ਪਹਿਲਾਂ ਤਾਂ ਨਾਜਰ ਸਿੰਘ ਮਾਨ ਸਾਹਿਬ ਹੀ ਮਾੜੀ ਗੱਲ, ਮਾਨ ਸਾਹਿਬ ਭੱਜ ਗਿਆ, ਹੁਣ ਇਹਨੇ ਆਹ ਕੰਮ ਕਰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਇਹ ਕਹਿਣਾ ਵੀ ਇਹ ਜ਼ਿਲ੍ਹੇ ਮਾਨਸਾ ਵਾਸਤੇ ਬਹੁਤ ਮੰਦਭਾਗੀ ਖਬਰ ਹੈ, ਕਿਉਂਕਿ ਲੋਕਾਂ ਦਾ ਬਹੁਤ ਵੱਡਾ ਵਿਸ਼ਵਾਸ ਜਿਸ ਤੇ 10 ਸਾਲ ਗੁਜ਼ਰ ਗਏ, ਪਹਿਲਾਂ ਆਪ ਨੂੰ ਬੜਾ ਮਾਣ ਦਿੱਤਾ, ਉਹ ਬੰਦਾ ਬਕਾਊ ਹੋ ਗਿਆ। ਜੇ ਅੱਜ ਅਸੀਂ ਕਹੀਏ ਲੋਕਾਂ ਨੇ ਬੜਾ ਮਾਣ ਦਿੱਤਾ, ਇਸ ਬੰਦੇ ਦੀ ਤਾਂ ਸਮਝ ਲਓ ਸਮਾਜਿਕ ਤੌਰ ਤੇ ਮੌਤ ਹੋ ਗਈ। ਬਾਕੀ ਜੀ ਆਪਾਂ ਸਮਝੀ ਪਿਛਲੀ ਵਾਰ ਨਾਜਰ ਸਿੰਘ ਮਾਨਸਾ ਜੀ ਇਹ ਜੀ ਕਰ ਗਿਆ ਤੇ ਉਹਨਾਂ ਸਿੰਗਲਾ ਸਾਹਿਬ ਨੇ ਚੰਨ ਚੜਾਤਾ। ਚਲੋ ਨਾਜਰ ਸਾਹਿਬ ਫਿਰ ਵੀ ਚਲੋ ਕਿਸੇ ਪਾਰਟੀ ਵਿੱਚ ਸੀ, ਇਹ ਤਾਂ ਬਹੁਤ ਵੱਡੀ ਗਦਾਰੀ ਹੈ। ਅਸੀਂ ਕਹਿੰਦੇ ਹਾਂ ਵੀ ਸਾਡਾ ਵਿਸ਼ਵਾਸਘਾਤ ਹੋਇਆ, ਬਹੁਤ ਮਾੜੀ ਹੋਈ। ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਬੰਦਿਆਂ ਤੋਂ ਅੱਗੇ ਨੂੰ ਵੀ ਬਹੁਤ ਗੁਰੇਜ਼ ਕੀਤਾ ਜਾਵੇ, ਇਹੋ ਜਿਹੇ ਬੰਦਿਆਂ ਨੂੰ ਟਿਕਟ ਦੇ ਲੈਵਲ ਹੁਣ ਵੀ ਨਾ ਲਾਇਆ ਜਾਵੇ। ਸੋ ਇੰਨਾ ਕਹਿੰਦਾ ਮੁੱਖ ਮੰਤਰੀ ਜੀ ਅੱਜ। ਵਾਹਿਗੁਰੂ ਜੀ ਕਾ ਖਾਲਸਾ। ਜੋਗਾ ਸ਼ਹਿਰ ਨਿਵਾਸੀਆਂ ਨਾਲ ਗੱਲਬਾਤ ਵੱਖ ਵੱਖਰੇ ਰਿਵਿਊ ਲੈ ਰਹੇ ਹਾਂ। ਡਾਕਟਰ ਬੀ ਏ ਸਿੰਗਲਾ ਨੂੰ ਅੱਜ ਜੋ ਬਰਖਾਸਤ ਕੀਤਾ ਗਿਆ ਭਗਵੰਤ ਮਾਨ ਸਰਕਾਰ ਨੇ, ਕਿਸ ਨਜ਼ਰੀਏ ਨਾਲ ਦੇਖਦੇ ਹੋ ਡਾਕਟਰ ਵਿਜੇ ਸਿੰਗਲਾ ਬਈ? ਜਿਸ ਹਿਸਾਬ ਨਾਲ ਅਸੀਂ ਵੋਟਾਂ ਪਾ ਕੇ ਉਹਨੂੰ ਇੰਨੇ ਵਧੀਆ ਤਰੀਕੇ ਨਾਲ ਜਿਤਾਇਆ ਸੀਗਾ, ਉਹ ਸਾਡੀਆਂ ਜਿਹੜੀਆਂ ਉਮੀਦਾਂ ਸੀ ਉਮੀਦਾਂ ਤੇ ਬਿਲਕੁਲ ਖਰਾ ਨਹੀਂ ਉਤਰਿਆ ਹੈਗਾ। ਬਸ ਉਹਨੇ ਬਹੁਤ ਗਲਤ ਕੀਤਾ ਜੋ ਕੀਤਾ ਹੈਗਾ। ਪਹਿਲਾਂ ਤਾਂ ਨਾਜਰ ਸਿੰਘ ਮਾਨਸਾ ਜੀ ਭੱਜ ਗਿਆ ਉੱਥੋਂ। ਨਾਜਰ ਮਾਨਸਾਈਏ ਬਾਰੇ ਆਪਾਂ ਕੀ ਬੋਲ ਗਈ, ਆਪਣੇ ਆਦਰਯੋਗ ਸੀਗਾ ਉਹ, ਬਸ ਜਿਸ ਹਿਸਾਬ ਨਾਲ ਉਹਨੂੰ ਉਹ ਕੀਤਾ ਸੀ ਉਹਨੇ ਵੀ ਬਹੁਤ ਗਲਤ ਕੀਤਾ ਕੰਮ। ਹੁਣ ਜਿਵੇਂ ਡਾਕਟਰ ਬੀ ਏ ਸਿੰਗਲਾ ਜੀ, ਪਹਿਲਾਂ ਤਾਂ ਆਪਦੇ ਢਿੱਡੇ ਨੂੰ ਭਰਨ ਦੇ ਹੋਗੇ, ਜਨਤਾ ਬਾਰੇ ਕੀ ਸੋਚਣਗੇ, ਮਾਨਸਾ ਬਾਰੇ ਕੀ ਸੋਚਣਗੇ? ਬਿਲਕੁਲ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਜਨਤਾ ਬਾਰੇ ਕੀ ਸੋਚਣਾ ਸੀ, ਆਪਦਾ ਢਿੱਡ ਭਰਨ ਦੀ ਹੋਗੀ ਉਹਨਾਂ ਨੂੰ, ਤੇ ਬਾਕੀ ਸਿਰੇ ਸੋਚਣਾ ਚਾਹੀਦਾ ਸੀ ਉਹਨਾਂ ਨੂੰ ਜਿਹਨਾਂ ਨੇ ਉਹਨਾਂ ਨੂੰ ਜਿਤਾਇਆ ਸੀਗਾ, ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨਾ ਸੀ, ਉਹ ਪਹਿਲਾਂ ਆਪਦਾ ਢਿੱਡ ਭਰਨ ਤੇ ਤੁਰ ਪਿਆ, ਤੇ ਹੁਣ ਉਹਦੇ ਬਾਰੇ ਕੀ ਕਰੀਏ। ਮਾਨ ਸਾਹਿਬ ਨੇ ਜੋ ਵੀ ਫੈਸਲਾ ਕੀਤਾ ਬਹੁਤ ਵਧੀਆ ਫੈਸਲਾ ਕੀਤਾ ਹੈਗਾ, ਵੀ ਉਹ ਜਿਹੜੇ ਦੂਸਰੇ ਹੋਰ ਕਰਪਸ਼ਨ ਲੀਡਰ ਨੇਗੇ ਉਹਨਾਂ ਨੂੰ ਕੰਨ ਹੋ ਜਾਣਗੇ, ਅਗਲੇ ਜਿਹੜੇ ਮੰਤਰੀ ਹੋਰ ਹੋਣਗੇ ਜਮਾਂ ਚੇਪੇ ਆਣਗੇ। ਬਿਲਕੁਲ ਜੀ ਬਿਲਕੁਲ ਬਿਲਕੁਲ, ਮੈਂ ਤਾਂ ਕਹਿਣਾ ਚਾਹੁੰਦਾ ਮਾਨ ਸਾਹਿਬ ਨੂੰ ਹੋਰ ਧਿਆਨ ਦੇਣਾ ਚਾਹੀਦਾ, ਜਿਹੜੇ ਹੋਰ ਭ੍ਰਿਸ਼ਟ ਲੀਡਰ ਨੇਗੇ ਉਹਨਾਂ ਤੇ ਵੀ ਸ਼ਿਕੰਜਾ ਕਸਣਾ ਚਾਹੀਦਾ ਹੈਗਾ। ਹਾਂਜੀ, ਮੈਂ ਤੁਹਾਡਾ ਆਪਣਾ ਲਖਵਿੰਦਰ ਪੱਟੀ, ਤੁਸੀਂ ਦੇਖ ਰਹੇ ਹੋ LBS ਨਿਊਜ਼ ਲਾਈਵ।